ਅਸਲਾਮੁ ਅਲੈਕੁਮ। ਪਾਕਿਸਤਾਨ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਦਾ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਰਹਿੰਦੇ ਨੇ ਉਹਨਾਂ ਵਾਸਤੇ ਇੱਕ ਪੈਗਾਮ ਹੈ, ਇੱਕ ਸੁਨੇਹਾ ਹੈ। ਕੀ ਪੈਗਾਮ ਹੈ, ਕੀ ਸੁਨੇਹਾ ਹੈ, ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪ ਜੀ ਨੂੰ ਦੱਸ ਦੇਵਾਂ ਕਿ ਕੱਲ ਮੇਰਾ ਇੱਕ ਛੋਟਾ ਜਿਹਾ ਐਕਸੀਡੈਂਟ ਹੋ ਗਿਆ। ਇਹ ਗੱਲ ਤਾਂ ਦੱਸ ਰਿਹਾ ਕਿ ਮੈਂ ਆਪ ਜੀ ਨੂੰ ਆਪਣੀ ਫੈਮਿਲੀ ਸਮਝਦਾ ਔਰ ਆਪ ਜੀ ਅੱਗੇ ਰਿਕੁਐਸਟ ਕਰਦਾ ਹੈ ਕਿ ਮੇਰਾ ਛੋਟਾ ਜਿਹਾ ਇੱਕ ਐਕਸੀਡੈਂਟ ਹੋ ਗਿਆ ਜਿਹਦੀ ਵਜ੍ਹਾ ਨਾਲ ਮੇਰਾ ਹੱਥ ਵੀ ਫੈਕਚਰ ਹੋ ਗਿਆ ਔਰ ਅੱਖ ਦੇ ਵਿੱਚ ਵੀ ਚੋਟ ਆਈ ਹੈ। ਤਕਲੀਫ ਥੋੜ੍ਹੀ ਜਿਹੀ ਜ਼ਿਆਦਾ ਹੈ ਅਤੇ ਸਾਰਿਆਂ ਵੀਰਾਂ ਅੱਗੇ, ਭੈਣਾਂ ਅੱਗੇ, ਮਾਵਾਂ ਅੱਗੇ, ਬਜ਼ੁਰਗਾਂ ਅੱਗੇ ਮੇਰੀ ਰਿਕੁਐਸਟ ਹੈ ਕਿ ਮੇਰੇ ਵਾਸਤੇ ਲਾਜ਼ਮੀ ਅਰਦਾਸ ਕਰਨ। ਖੈਰ ਪਹਿਲਾਂ ਤੇ ਆਪਾਂ ਰਮੇਸ਼ ਅਰੋੜਾ ਦੀ ਸਪੀਚ ਸੁਣ ਲੈਂਦੇ ਹਾਂ, ਫਿਰ ਕਰਦੇ ਹਾਂ ਗੱਲਬਾਤ। ਗੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਪਾਕਿਸਤਾਨ ਤੋਂ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਰਮੇਸ਼ ਸਿੰਘ ਅਰੋੜਾ ਤੁਹਾਡੇ ਨਾਲ ਮੁਖਾਤਬ ਹਾਂ। ਸੰਗਤ ਜੀ, ਆਪਾਂ ਸਾਰੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਗੁਰੂ ਨਾਨਕ ਪਾਤਸ਼ਾਹ ਦੇ 555 555 ਜਾਂ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਦਿਹਾੜਾ ਆਉਣੇ ਜਾ ਰਿਹਾ ਨਵੰਬਰ 'ਚ, ਉਸਦਾ ਬੜੀ ਉਤਾਵਲੀ ਨਾਲ ਆਪਾਂ ਇੰਤਜ਼ਾਰ ਕਰ ਰਹੇ ਹਾਂ ਕਿ ਸਾਰੀਆਂ ਸੰਗਤਾਂ ਦੁਨੀਆ ਭਰ ਦੀਆਂ ਪਾਕਿਸਤਾਨ ਦੀ ਇਸ ਪਵਿੱਤਰ ਧਰਤੀ ਸ੍ਰੀ ਨਨਕਾਣਾ ਸਾਹਿਬ ਵਿਖੇ ਇਕੱਤਰ ਹੋਣ। ਆਪਾਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਗੁਰੂ ਪਾਤਸ਼ਾਹ ਦਾ ਅਸੀਂ ਜਿਹੜਾ ਪ੍ਰਕਾਸ਼ ਦਿਹਾੜਾ ਮਨਾਈਏ। ਸੋ ਸੰਗਤ ਜੀ, ਹਰ ਸਾਲ ਦੀ ਤਰ੍ਹਾਂ ਇਸ ਦੌਰਾਨ ਬੜੇ ਆਲੀਸ਼ਾਨ ਇੰਤਜ਼ਾਮਾਤ ਕੀਤੇ ਜਾ ਰਹੇ ਹਨ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਵੈਕੂ ਟਰੱਸਟ ਪ੍ਰਾਪਰਟੀ ਬੋਰਡ, ਗਵਰਨਮੈਂਟ ਆਫ ਪੰਜਾਬ, ਗਵਰਨਮੈਂਟ ਆਫ ਪਾਕਿਸਤਾਨ, ਪਾਕਿਸਤਾਨ ਦਾ ਮੁਸਲਿਮ ਭਾਈਚਾਰਾ ਔਰ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਸਾਰੀਆਂ ਬੜੀਆਂ ਉਤਸ਼ਾਹ ਨਾਲ ਆਪਣੀਆਂ ਆਉਣ ਵਾਲੀਆਂ ਸੰਗਤਾਂ ਨੂੰ ਜੀਆਂ ਨੂੰ ਕਹਿਣਗੀਆਂ। ਔਰ ਅਸੀਂ ਚਾਹੁੰਦੇ ਹਾਂ ਕਿ ਜਿਸ ਟਾਈਮ ਇਸ ਦਫ਼ਾ ਜਿਹੜੀ ਸੰਗਤਾਂ ਭਾਰਤ ਤੋਂ ਅਤੇ ਦੁਨੀਆ ਦੇ ਵੱਖ ਵੱਖ ਕੋਨਿਆਂ ਤੋਂ ਆ ਰਹੀਆਂ, ਵੱਧ ਚੜ੍ਹ ਕੇ ਪਾਕਿਸਤਾਨ ਦੀ ਇਸ ਪਵਿੱਤਰ ਧਰਤੀ 'ਤੇ ਆਉਣ। ਔਰ ਖਾਸ ਕਰ ਹਰ ਦਫ਼ਾ ਦੀ ਤਰ੍ਹਾਂ ਇਸ ਤਰ੍ਹਾਂ ਮੈਂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਾਂਗਾ। ਆਪਾਂ ਤੁਹਾਡੇ ਵਾਸਤੇ ਟਰਾਂਸਪੋਰਟ ਦਾ, ਲੰਗਰ ਦਾ, ਤੁਹਾਡੀ ਅਕੋਮੋਡੇਸ਼ਨ ਦਾ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੀਆਂ ਜਿਹੜੀਆਂ ਉਮੀਦਾਂ 'ਤੇ ਪੂਰਾ ਉਤਰੀਏ ਔਰ ਵੱਧ ਤੋਂ ਵੱਧ ਤੁਹਾਡੇ ਵਾਸਤੇ ਬਿਹਤਰੀਨ ਇੰਤਜ਼ਾਮ ਕਰੀਏ। ਲੇਕਿਨ ਮੈਂ ਇੱਕ ਬੇਨਤੀ ਵੀ ਕਰਾਂਗਾ ਕਿ ਜਿਹੜੀਆਂ ਪਾਕਿਸਤਾਨ ਸੰਗਤਾਂ ਆਉਂਦੀਆਂ ਭਾਰਤ ਤੋਂ, ਅਕਸਰ ਜਦੋਂ ਪਾਕਿਸਤਾਨ ਆਉਂਦੀਆਂ ਨੇ ਸੰਗਤਾਂ ਭਾਰਤ ਦੀਆਂ, ਤਾਂ ਉਹਨਾਂ ਦਾ ਜਿਹੜਾ ਐਕਸਚੇਂਜ ਰੇਟ ਉਸਦਾ ਇੱਕ ਪ੍ਰੋਬਲਮ ਹੁੰਦਾ ਹੈ। ਬਹੁਤ ਸਾਰੀਆਂ ਸੰਗਤਾਂ ਕੰਪਲੇਂਟ ਕਰਦੀਆਂ ਹਨ ਕਿ ਰੇਟ ਘੱਟ ਮਿਲਦੇ ਆ, ਕਿਉਂਕਿ ਪਾਕਿਸਤਾਨ ਅਤੇ ਇੰਡੀਆ ਦੇ ਵਿੱਚ ਕੋਈ ਫਾਰਮਲ ਰਿਲੇਸ਼ਨਸ਼ਿਪ ਨਹੀਂ ਹੈ ਔਰ ਇੰਡੀਆ ਦਾ ਜਦੋਂ ਪੈਸਾ ਆਉਂਦਾ, ਬਹੁਤ ਜ਼ਿਆਦਾ ਪੈਸਾ ਪਾਕਿਸਤਾਨ 'ਚ ਆਉਂਦਾ, ਤਾਂ ਉਹਦਾ ਫਿਰ ਜਿਹੜੇ ਸਾਡੇ ਪ੍ਰਾਈਵੇਟ ਮਨੀ ਐਕਸਚੇਂਜ ਵਾਲੇ ਨੇ ਉਹ ਰੇਟ ਘੱਟ ਦਿੰਦੇ ਨੇ। ਸੋ ਮੈਂ ਤੁਹਾਨੂੰ ਬੇਨਤੀ ਕਰਾਂਗਾ, ਹੁਣ ਤੁਸੀਂ ਪਾਕਿਸਤਾਨ ਦੀ ਧਰਤੀ 'ਤੇ ਆ ਰਹੇ ਹੋ ਅਤੇ ਜਿਹੜੀ ਇੰਟਰਨੈਸ਼ਨਲ ਕਰੰਸੀ ਹਰ ਜਗ੍ਹਾ 'ਤੇ ਵੈਲਿਡ ਹੈ ਔਰ ਐਕਸੈਪਟ ਹੈ, ਤੁਸੀਂ ਡਾਲਰ ਲੈ ਕੇ ਆਓ ਤਾਂ ਕਿ ਤੁਹਾਨੂੰ ਨੁਕਸਾਨ ਨਾ ਹੋਵੇ। ਜਿਹੜਾ ਡਾਲਰ ਦਾ ਰੇਟ ਦੁਨੀਆ ਭਰ 'ਚ ਇੱਕ ਰੇਟ ਹੋਏਗਾ, ਸੋ ਤੁਹਾਨੂੰ ਤਾਂ ਕਿ ਜੋ ਤੁਸੀਂ ਆਓ, ਤੁਸੀਂ ਸ਼ੋਪਿੰਗ ਕਰਨ ਜਾਂਦੇ ਹੋ, ਤੁਸੀਂ ਬੱਸ ਦਾ ਕਿਰਾਇਆ ਦਿੰਦੇ ਹੋ, ਤੁਸੀਂ ਮੱਥਾ ਟੇਕਦੇ ਹੋ ਜਾਂ ਕਿਸੇ ਨਾਲ ਕੋਈ ਹੋਰ ਤੁਸੀਂ ਕਰਦੇ ਹੋ, ਅਤੇ ਤੁਹਾਨੂੰ ਪਰੇਸ਼ਾਨੀ ਨਾ ਹੋਵੇ। ਸੋ ਇੱਕ ਤਾਂ ਮੈਂ ਤੁਹਾਡੇ ਇੰਡੀਆ ਦੀ ਆਉਣ ਵਾਲੀ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਇਸ ਤੋਂ ਬਾਅਦ ਜੋ ਪਾਕਿਸਤਾਨ ਆਓ ਅਤੇ ਆਉਣ ਲੱਗੇ, ਆਪਣਾ ਇੰਟਰਨੈਸ਼ਨਲ ਕਰੰਸੀ ਡਾਲਰ ਜਾਂ ਪਾਉਂਡ ਜਿਹੜਾ ਵੀ ਉਹ ਲੈ ਕੇ ਆਓ, ਪ੍ਰੈਫਰੇਬਲੀ ਡਾਲਰ, ਤਾਂ ਕਿ ਤੁਹਾਨੂੰ ਦਿੱਕਤ ਘੱਟ ਹੋਵੇ। ਦੂਸਰਾ, ਜਿਹੜੀਆਂ ਸਾਡੀਆਂ ਦੁਨੀਆ ਭਰ ਦੇ ਵੱਖ ਵੱਖ ਕੋਨਿਆਂ 'ਚ ਸੰਗਤਾਂ ਨੇ, ਅਮਰੀਕਾ, ਕੈਨੇਡਾ, UK, ਯੂਰਪ, ਅਫਰੀਕਾ, ਫਾਰ ਈਸਟ, ਸਾਡੇ ਕੋਲ ਕੁਛ ਕੰਪਲੇਂਟਸ ਆਈਆਂ ਨੇ ਕਿ ਜਿਹੜਾ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੈਟਰ ਜਾਂਦਾ ਹੈ, ਇਨਵੀਟੇਸ਼ਨ ਲੈਟਰ ਵੀਜ਼ੇ ਵਾਸਤੇ,
ਕਿਉਂਕਿ ਉਸ ਲੈਟਰ ਦੇ ਉੱਪਰ ਵੀ ਆਪਾਂ ਲਿਖਿਆ ਹੈ ਕਿ ਇਟਸ ਫਰੀ ਆਫ ਕੋਸਟ, ਔਰ ਇਸ 'ਤੇ ਕਿਸੇ ਨੂੰ ਤੁਸੀਂ ਕੋਈ ਪੈਸਾ ਨਾ ਦਿਓ। ਕੁਛ ਕੰਪਲੇਂਟਸ ਪਹੁੰਚੀਆਂ ਨੇ ਕਿ ਸੰਗਤਾਂ ਕੋਲੋਂ ਕੁਛ ਲੋਕ ਜਿਹੜੇ ਨੇ ਉਹ ਪੈਸੇ ਦਾ ਤਸਕਰਾ ਕਰ ਰਹੇ ਨੇ, ਤਕਾਜ਼ਾ ਕਰ ਰਹੇ। ਸੋ ਮੈਂ ਤੁਹਾਨੂੰ ਬੇਨਤੀ ਕਰਾਂਗਾ ਸੰਗਤ ਜੀ, ਕਿਸੇ ਨੂੰ ਪੈਸਾ ਨਾ ਦਿਓ, ਕਿਉਂਕਿ ਤੁਸੀਂ ਬੜੀ ਸ਼ਰਧਾ ਭਾਵਨਾ ਨਾਲ ਗੁਰਧਾਮਾਂ ਦੀ ਯਾਤਰਾ ਵਾਸਤੇ ਆ ਰਹੇ ਹੋ। ਸੋ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਪੈਸਾ ਚਾਰਜ ਨਹੀਂ ਕਰਦੀ, ਕੋਈ ਫੀਸ ਚਾਰਜ ਨਹੀਂ ਕਰਦੀ, ਇਟਸ ਫਰੀ ਆਫ ਕੋਸਟ। ਔਰ ਅਗਰ ਫਿਰ ਵੀ ਕੋਈ ਤੁਹਾਨੂੰ ਤੰਗ ਕਰ ਰਿਹਾ ਹੈ ਤੇ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਐਡੀਸ਼ਨਲ ਸੈਕਟਰੀ ਸ਼ਰਾਇਨ ਜਨਾਬ ਸੈਫੁੱਲਾ ਖੋਖਰ ਸਾਹਿਬ, ਮੈਂ ਦੋਵਾਂ ਦੀ ਈਮੇਲ ਦੱਸ ਦਿੰਦਾ। ਦਾਸ ਦਾ ਜਿਹੜਾ ਈਮੇਲ ਐਡਰੈਸ ਹੈ ਉਹ ਪ੍ਰਧਾਨ ਐਟ ਦਾ ਰੇਟ ਆਫ PSCPC.PK PARDHAN ਐਟ ਦਾ ਰੇਟ ਪੀ ਫਾਰ ਪਾਕਿਸਤਾਨ, ਐਸ ਫਾਰ ਸਿੱਖ, ਜੀ ਫਾਰ ਗੁਰਦੁਆਰਾ, ਪੀ ਫਾਰ ਪ੍ਰਬੰਧਕ, ਸੀ ਫਾਰ ਕਮੇਟੀ, ਡੋਟ ਪੀ ਫਾਰ ਪਾਕਿਸਤਾਨ, ਕੇ ਫਾਰ ਕਿੰਗ। ਔਰ ਇਸੇ ਤਰੀਕੇ ਨਾਲ ਜਿਹੜੇ ਸਾਡੇ ਐਡੀਸ਼ਨਲ ਸੈਕਟਰੀ ਸਾਹਿਬ ਨੇ ਇਵੈਕੂ ਟਰਸਟ ਪ੍ਰੋਪਰਟੀ ਬੋਰਡ ਦੇ, ਜਿਹੜੇ ਕਿ ਸਾਰੇ ਸ਼ਰਾਇਨ ਦੇ ਮਾਮਲਾ ਦੇਖਦੇ ਨੇ, ਉਹਨਾਂ ਨੂੰ ਤੁਸੀਂ ਸੈਫੁੱਲਾ ਖੋਖਰ ਸਾਹਿਬ ਨੂੰ ਵੀ ਈਮੇਲ ਪਾ ਸਕਦੇ ਹੋ। ਉਹਦਾ ਹੈ ETPB@yahoo.com, ਤਾਂ ਕਿ ਆਪਾਂ ਜਿਹੜੇ ਐਸੇ ਨੇ ਜਿਹੜੇ ਕਿ ਸੰਗਤਾਂ ਦੇ ਵਿੱਚ ਮਨ ਘੜਨ ਦੀਆਂ ਕਹਾਣੀਆਂ ਕਰ ਦੇਣਗੀਆਂ, ਸੰਗਤਾਂ ਨੂੰ ਗੁਰਦੁਆਰਾ ਦੇ ਨਾਲ ਦੂਰ ਕਰ ਦੇਣਗੀਆਂ, ਸੰਗਤਾਂ ਨੂੰ ਫੀਸਾਂ ਐਸਾ ਨਾ ਲੈ ਕੇ ਚਾਰਜ ਕਰ ਦੇਣ, ਅਸੀਂ ਉਹਨਾਂ ਦੇ ਖਿਲਾਫ਼ ਵੀ ਐਕਸ਼ਨ ਲੈ ਸਕੀਏ। ਸੋ ਇੱਕ ਵਾਰੀ ਫਿਰ ਸੰਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਵੱਧ ਚੜ੍ਹ ਕੇ ਗੁਰਧਾਮਾਂ ਦੇ ਦਰਸ਼ਨ ਕਰੋ। ਬੜੇ ਪਿਆਰ ਅਤੇ ਉਤਸ਼ਾਹ ਨਾਲ ਤੁਹਾਡਾ ਸਾਰਿਆਂ ਦੇ ਇੱਥੇ ਪਾਕਿਸਤਾਨ ਦੀ ਧਰਤੀ 'ਤੇ ਜੀਆਂ ਰੱਖਦੇ ਹਾਂ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੀਆਂ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਤਰਫੋਂ ਵੀ, ਔਰ ਸਾਡੀ ਮੁੱਖ ਮੰਤਰੀ ਪੰਜਾਬ ਦੀ ਮੋਹਤਰਮਾ ਮਰੀਮ ਨਵਾਜ਼ ਸ਼ਰੀਫ ਸਾਹਿਬਾ ਵੀ ਤੁਹਾਨੂੰ ਪਾਕਿਸਤਾਨ ਦੀ ਇਸ ਪਵਿੱਤਰ ਧਰਤੀ 'ਤੇ ਜੀਆਂ ਨੂੰ ਕਹਿੰਦੇ ਨੇ ਕਿ ਆਓ, ਇਹ ਪਾਕਿਸਤਾਨ ਦੀ ਧਰਤੀ ਤੁਹਾਡੀ ਧਰਤੀ ਹੈ, ਪਾਕਿਸਤਾਨ 'ਚ ਸਿੱਖ ਵਿਰਸਾ ਬੜਾ ਮਹਿਫੂਜ਼ ਹੈ, ਪਾਕਿਸਤਾਨ ਦੇ ਵਿੱਚ ਸਿੱਖ ਭਾਈਚਾਰੇ ਨਾਲ ਮੁਸਲਮਾਨ ਭਾਈਚਾਰਾ ਬੜਾ ਪਿਆਰ ਕਰਦਾ, ਔਰ ਅਸੀਂ ਇੱਕੋ ਪੈਗਾਮ ਦਿੰਦੇ ਹਾਂ ਕਿ ਪਾਕਿਸਤਾਨ ਦੀ ਧਰਤੀ ਬਾਬੇ ਨਾਨਕ ਦੀ ਧਰਤੀ ਹੈ, ਇਹ ਅਮਨ ਦੀ ਧਰਤੀ ਹੈ, ਇਹ ਮੁਹੱਬਤ ਦੀ ਧਰਤੀ ਹੈ, ਔਰ ਅਸੀਂ ਪਿਆਰ ਦੀ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਕਿਸਤਾਨ ਦੀ ਧਰਤੀ ਬਾਬੇ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਜਦੋਂ ਚੜ੍ਹਦੇ ਪੰਜਾਬ ਵਾਲੇ ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੇ ਬਜ਼ੁਰਗ, ਸਾਡੇ ਭਰਾ ਲਹਿੰਦੇ ਪੰਜਾਬ ਦੇ ਵਿੱਚ ਆਉਂਦੇ ਨੇ ਤੇ ਯਕੀਨ ਜਾਣੋ ਸਾਨੂੰ ਗੋਡੇ ਗੋਡੇ ਚਾ ਚੜ ਜਾਂਦਾ ਹੈ। ਔਰ ਇੱਕ ਇੰਪੋਰਟੈਂਟ ਗੱਲ ਦੱਸ ਦੇਵਾਂ ਕਿ ਇਸ ਦਫਾ ਕਰਤਾਰਪੁਰ ਸਾਹਿਬ ਮੈਂ ਵੀ ਆ ਰਿਹਾ, ਯਾਨੀ ਕਿ ਗੁਰੂ ਨਾਨਕ ਦੇਵ ਜੀ ਦੀ 555 ਜਿਹੜੀ 555 ਜਿਹੜੀ ਬਰਥਡੇ ਦਾ ਦਿਨ ਹੈ, ਉਸ ਦਿਨ ਮੈਂ ਜਿਹੜਾ ਕਰਤਾਰਪੁਰ ਸਾਹਿਬ ਹੈ ਉਹ ਜ਼ਰੂਰ ਆਵਾਂਗਾ, ਔਰ ਆਪਣੇ ਸਿੱਖ ਵੀਰਾਂ ਨੂੰ, ਆਪਣੀਆਂ ਭੈਣਾਂ ਨੂੰ, ਸਭ ਨੂੰ ਜ਼ਰੂਰ ਮਿਲਾਂਗਾ। ਹੁਣ ਆਪ ਜੀ ਨੇ ਮੈਨੂੰ ਕਮੈਂਟ ਦੇ ਵਿੱਚ ਇਹ ਜ਼ਰੂਰ ਦੱਸਣਾ ਹੈ ਕਿ ਕਿਹੜਾ ਕਿਹੜਾ ਮੇਰਾ ਭੈਣ, ਕਿਹੜੀ ਕਿਹੜੀ ਮੇਰੀ ਮਾਂ, ਕਿਹੜਾ ਕਿਹੜਾ ਮੇਰਾ ਬਜ਼ੁਰਗ, ਕਿਹੜਾ ਕਿਹੜਾ ਸਾਡਾ ਭਰਾ ਜਿਹੜਾ ਉਹ ਚੜ੍ਹਦੇ ਵੱਲੋਂ ਲਿੰਗਦੇ ਪੰਜਾਬ ਦੇ ਵਿੱਚ ਆ ਰਿਹਾ ਹੈ। ਪੰਜਾਬ ਗੌਰਮੈਂਟ ਦਾ ਰਮੇਸ਼ ਸਿੰਘ ਅਰੋੜਾ ਨੂੰ ਮੰਤਰੀ ਬਣਾਉਣ ਦਾ ਮੇਨ ਮਕਸਦ ਹੀ ਇਹ ਸੀ ਕਿ ਇੱਕ ਸਿੱਖ ਦੂਸਰੇ ਸਿੱਖ ਨੂੰ ਅੱਛੇ ਤਰੀਕੇ ਦੇ ਨਾਲ ਸਮਝ ਸਕਦਾ ਹੈ। ਇਸੇ ਲਈ ਪੰਜਾਬ ਗੌਰਮੈਂਟ ਨੇ ਰਮੇਸ਼ ਸਿੰਘ ਅਰੋੜਾ ਨੂੰ ਮੰਤਰੀ ਬਣਾਇਆ ਤਾਂ ਕਿ ਉਹ ਸਿੱਖ ਵੀਰਾਂ ਦੀਆਂ ਸਾਰੀਆਂ ਪ੍ਰੋਬਲਮਸ ਜਿਹੜੀਆਂ ਉਹਨਾਂ ਨੂੰ ਸਮਝ ਸਕਣ, ਔਰ ਸਮਝ ਕੇ ਉਹਨਾਂ ਨੂੰ ਸੋਲਵ ਕਰ ਸਕਣ। ਅਤੇ ਆਪ ਜੀ ਦੇਖ ਸਕਦੇ ਨੇ ਕਿ ਰਮੇਸ਼ ਸਿੰਘ ਅਰੋੜਾ ਸਿੱਖਾਂ ਨੂੰ ਜਿਹੜੀਆਂ ਪ੍ਰੋਬਲਮਸ ਆਉਂਦੀਆਂ, ਜਿਹੜੇ ਮਸਲੇ ਮਸਾਇਲ ਆਉਂਦੇ ਆ, ਉਹ ਸਾਰੇ ਠੀਕ ਕਰਨ ਦੇ ਨੇ।
ਤੇ ਬਹੁਤ ਵਧੀਆ ਗੱਲ ਹੈ। ਦੇਖੋ ਜੀ, ਮੈਂ ਜੈਨੂਇਨ ਗੱਲ ਹੈ, ਦਿਲੋਂ ਗੱਲ ਕਹਿਣ ਲੱਗਾ ਕਿ ਪਾਕਿਸਤਾਨ ਦੇ ਵਿੱਚ ਲਹਿੰਦੇ ਪੰਜਾਬ ਦੇ ਵਿੱਚ ਸਿੱਖਾਂ ਸਰਦਾਰਾਂ ਨੂੰ ਬਹੁਤ ਬਹੁਤ ਪਿਆਰ ਕੀਤਾ ਜਾਂਦਾ, ਬਹੁਤ ਮੁਹੱਬਤ ਦਿੱਤੀ ਜਾਂਦੀ ਹੈ। ਦੇਖੋ ਜੀ, ਕੋਈ ਅਗਰ ਗਲੀ ਮੁਹੱਲੇ ਦੇ ਵਿੱਚ ਕੋਈ ਸਿੱਖ ਸਰਦਾਰ ਨਜ਼ਰ ਆ ਜਾਏ ਨਾ, ਤੇ ਸੈਲਫੀਆਂ ਜਿਹੜੀਆਂ ਉਹ ਨਾਲ ਲੈਣਾ ਸ਼ੁਰੂ ਹੋ ਜਾਂਦੇ ਨੇ, ਔਰ ਘਰ ਜਾ ਕੇ ਦਿਖਾਉਂਦੇ ਨੇ ਕਿ ਅੱਜ ਇੱਕ ਸਾਨੂੰ ਸਿੱਖ ਸਰਦਾਰ ਮਿਲਿਆ ਸੀ। ਬਾਕੀ ਕਰਤਾਰਪੁਰ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ 555 ਜਿਹੜੀ ਬਰਥਡੇ ਹੈ ਉਹਦੇ ਉੱਤੇ ਜ਼ਰੂਰ ਮਿਲਾਂਗੇ, ਔਰ ਜਿਹੜੇ ਮੇਰੇ ਵੀਰ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ 'ਚ ਆਉਂਦੇ ਨੇ ਉਹ ਜ਼ਰੂਰ ਮੈਨੂੰ ਕਮੈਂਟ ਦੇ ਵਿੱਚ ਦੱਸਣ। ਬਾਕੀ ਥੋੜ੍ਹੀ ਜਿਹੀ ਪੇਨ ਹੋ ਰਹੀ ਸੀ ਹੱਥ ਦੇ ਵਿੱਚ, ਅਤੇ ਅੱਖ ਦੇ ਵਿੱਚ ਵੀ ਥੋੜ੍ਹੀ ਜਿਹੀ ਪੇਨ ਹੋ ਰਹੀ ਸੀ। ਮੇਰਾ ਖਿਆਲ ਹੈ ਕਿ ਅੱਜ ਦੀ ਵੀਡੀਓ ਜੋ ਮੈਂ ਕਹਿਣਾ ਚਾਹ ਰਿਹਾ ਸੀ ਸ਼ਾਇਦ ਉਹ ਨਹੀਂ ਕਹਿ ਪਾਇਆ, ਕੁਝ ਗੱਲਾਂ ਜਿਹੜੀਆਂ ਉਹ ਜ਼ਿਹਨ ਦੇ ਵਿੱਚੋਂ ਨਿਕਲ ਗਈਆਂ, ਕਿਉਂਕਿ ਤਕਲੀਫ ਹੈ ਥੋੜ੍ਹੀ ਜਿਹੀ, ਥੋੜ੍ਹਾ ਜਿਹਾ ਮੈਂ ਪਰੇਸ਼ਾਨ ਵੀ ਹਾਂ ਕਿ ਮਾਮਲਾਤ ਜ਼ਿੰਦਗੀ ਦੇ। ਬਾਕੀ ਜੋ ਵੀ ਹੈ, ਜਿਸ ਤਰ੍ਹਾਂ ਵੀ ਹੈ, ਜ਼ਿੰਦਗੀ ਆ, ਗੁਜ਼ਰਦੀ ਜਾਂਦੀ ਆ, ਵਾਧੇ ਘਾਟੇ ਆਉਂਦੇ ਰਹਿੰਦੇ ਆ। ਬਾਕੀ ਵੀਡੀਓ ਦੇਖ ਕੇ ਜੋ ਮੈਨੂੰ ਲੱਗਦਾ ਸੀ ਮੈਂ ਆਪ ਜੀ ਨੂੰ ਦੱਸ ਦਿੱਤਾ, ਜੋ ਆਪ ਜੀ ਨੂੰ ਲੱਗਦਾ ਆਪ ਜੀ ਨੇ ਮੈਨੂੰ ਕਮੈਂਟ ਦੇ ਵਿੱਚ ਲਾਜ਼ਮੀ ਦੱਸਣਾ ਹੈ। ਅਤੇ ਇਹ ਸੀ ਮੇਰੀ ਅੱਜ ਦੀ ਵੀਡੀਓ, ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ, ਉਦੋਂ ਤੱਕ ਮੈਨੂੰ ਦਿਓ ਇਜਾਜ਼ਤ, ਰੱਬ ਰਾਖਾ।